ਇਹ ਛਤਰੋ ਲਸਣ ਚੌਧਰੀ ਅਸਲਮ ਹੋਰਾਂ ਨੇ ਘਰ ਮਾਸ਼ਾ ਅੱਲਾ ਜੀ ਅਜਾਇਬ ਹੈ ਨਰਸਰੀ 'ਚ ਬੂਟੇ ਨਾਲ ਸਾਈ ਤੱਕੋ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ ਹੁਣ ਇਹ ਦੇਖੀ ਕਿ ਨਾ ਮਾੜਾ ਤੋਂ ਡਬਲ ਹੈ 10 ਫੁੱਟ ਉੱਚਾ ਉਸੀ ਅਸਲਾਮ ਜੀ ਜੀ ਆਪਣੇ ਦੱਸਾਂ ਕੁਝ ਇਹ ਤਾਂ ਹੈ ਕੁਝ ਅੱਗੇ ਉਹ ਜੁੱਲੇ ਦੱਸੇ ਆ ਜੇ ਅੰਬਾਂ ਨੇ ਕੱਢੇ ਕਾਲਾ ਅਮਰੂਦ ਹੈ ਅਲਸੂਆ ਅਮਰੂਦ ਹੈ ਮਾਸ਼ਾ ਅੱਲਾ ਜੀ ਹੈਗੀ ਅਸਲਾਮ ਹੋਰਾਂ ਨੇ ਬੂਟੇ ਪੁੱਛੀਏ ਬੂਟੇ ਮਾਸ਼ਾ ਅੱਲਾ ਚੈੱਕ ਕਰੋ ਇਹ ਮੰਨ ਲਏ ਨੇ ਜਿਹੜੇ ਛੱਤਾਂ ਨਾਲ ਲੱਗਣੇ ਤਕਰੀਬਨ 10 ਫੁੱਟ 11 ਫੁੱਟ ਹਾਈਟ ਉਸੀ ਛੱਤਾਂ ਨਹੀਂ ਤਰਿੰਦਰੇ ਬੜੇ ਬੂਟੇ ਫੁੱਲਾਂ ਪਰ ਵੀ ਆਏ ਤਾਂ ਫੁੱਲ ਨਾ ਲੱਗੇ ਵੇ ਫੁੱਟਣੇ ਵੇ ਮਾਸ਼ਾਅੱਲਾ ਜੀ ਨਾਲੇ ਸ਼ਿਫਟ ਕਰਨਾ ਤੁਸੀਂ ਦੱਸਣੇ ਆ ਇਹ ਚੀਕੂ ਹੈ ਅਸਲਾਮ ਵਾਲੇਕਮ ਉਮੀਦ ਕਰਨਾ ਸਾਂ ਤੁਸੀਂ ਸਾਰੇ ਸੰਗੀ ਦੋਸਤ ਭੈਣਾਂ ਭਰਾ ਠੀਕ ਠਾਕ ਹੋਸੋ ਅੱਜ ਤੱਕ ਕੀ ਰਹੇ ਹੋਸੋ ਆਏ ਹੋਏ ਸਾਂ ਛਤਰੋ ਚੌਧਰੀ ਅਸਲਮ ਹੋਰਾਂ ਨੇ ਘਰ ਇਹ ਹੈ ਲੋਕੇਸ਼ਨ ਹੁਣ ਮੱਛੇ ਤੁਸੀਂ ਤੱਕ ਆਪਾਂ ਨੂੰ ਅੰਦਾਜ਼ਾ ਲਾਈਕ ਹੁੰਦਾ ਅਸੀਂ ਟਿੱਲੀਆਂ ਨੇ ਪਹਿਲ ਅੱਜ ਕੱਲ੍ਹ ਸੀ ਕਿ ਤੋਤਾ ਪਹਾੜੀ ਆਖਣੇ ਗਰੋਂਡਿਆਂ ਕੋਲ ਇਹ ਇਹਨਾਂ ਨਾਲ ਘਰ ਹੈ ਇੱਥੇ ਆਏ ਹੋਏ ਹੈ ਅਪਰ ਕੋਠੀ ਹੈ ਇਹਨਾਂ ਨੇ ਇਹਨੀ ਕਿ ਅਸਾਂ ਅੱਜ ਲਾਉਣੇ ਕੋਈ ਪੌਦੇ ਬਾਗ ਲਾਉਣਾ ਇਹਨਾਂ ਨੂੰ ਨਿੱਕਾ ਜਿਹਾ ਕੋਈ ਗਾਰਡਨ ਤਿਆਰ ਕਰਨਾ ਇਹ ਖੱਡੇ ਛੱਡੇ ਮਾਰੀ ਉੜੇ ਹੋਏ ਸਾਰੇ ਇਹਦਾ ਕੋਈ ਦੱਸਣ ਜੀ ਕੋਈ 22 ਪੌਦੇ ਲੱਗਣੇ ਮਸੀਤ ਉੱਪਰ ਜਿਹੜੀ ਹੈ ਇਹਨਾਂ ਨੇ ਕੋਠੀ ਹੈ ਉਸਨੂੰ ਵੀ ਵਿਜ਼ਿਟ ਤੁਸੀਂ ਕਰਾਉਣੇ ਆ ਉੱਪਰ ਵੀ 2 ਪੌਦੇ ਲੱਗ ਸਨ ਫਿਰ ਉੱਪਰ ਜਿਸਾਂ ਜਿਸ ਪੌਦੇ ਲੱਗ ਸਨ ਉਹ ਵੀ ਤੁਸੀਂ ਦੱਸਣੇ ਆ ਹੁਣ ਅੱਗੇ ਸਾਈਡ ਪਰ ਤਾਂ ਫੋਰ ਇੱਧਰ ਮਾਸ਼ਾ ਅੱਲਾ ਸੋਹਣਾ ਵਿਊ ਹੈ ਅਤੇ ਪਰ ਇਹ ਸਾਹਮਣੇ ਮੁਲਾਕਾਤ ਹੈ ਮਜ਼ੀਦ ਆਪਾਂ ਜਿਸੋਂ ਉਸਨੂੰ ਸਹੀ ਸੋਹਣਾ ਖੂਬਸੂਰਤ ਮਾਹੌਲ ਹੈ ਸਾਰਾ ਹੁਣ ਮਾਸ਼ਾ ਅੱਲਾ ਜੀ ਚੈੱਕ ਕਰ ਸੋ ਮਸਜਿਦ ਨਾਲ ਵਿਊ ਤੁਸੀਂ ਮਸਜਿਦ ਦੱਸਣੇ ਆ ਇਹ ਜਿਹੜੀ ਮਸਜਿਦ ਹੈ ਇਹ ਡਲੀਆਂ ਨੇ ਪੈਲ ਤੋਤਾ ਪਹਾੜੀ ਮਾਸ਼ਾ ਅੱਲਾ ਜੀ ਕਾਫੀ ਪੁਰਾਣੀ ਮਸਜਿਦ ਹੈ ਇਹਦੀ ਹੁਣ ਇੱਥੋਂ ਵਿਊ ਕਰੋ ਮਾਸ਼ਾ ਅੱਲਾ ਹੁਣ ਜਿੱਦਾਂ ਇੱਥੋਂ ਨੀਚੇ ਦੱਸਣੇ ਜਿੱਦਾਂ ਖੱਡੇ ਮਾਰੇ ਵੇ ਜਿਹੜਾ ਪੌਦੇ ਛੱਦੇ ਲਈ ਰਹੇ ਸੀ ਉਸ ਤੋਂ ਮਾਸ਼ਾ ਅੱਲਾ ਕਾਫੀ ਸੋਹਣਾ ਵਿਊ ਹੋਈ ਗਿਆ ਸੀ ਹੁਣ ਅਸੀਂ ਤੁਸੀਂ ਦੱਸਣੇ ਅੰਦਰ ਜਿਹੜੇ ਸਾਡੇ ਪੌਦੇ ਵੇ ਵੇ ਉਹ ਵੀ ਦੱਸਣੇ ਆ ਵਕਤ ਹੀ ਮਸਜਿਦ ਨੇ ਅੰਦਰ ਇੱਥੇ ਰੱਖੀ ਹੋਏ ਸਨ ਮਾਸ਼ਾ ਅੱਲਾ ਜੀ ਜਿਹੜੇ ਪੌਦੇ ਆ ਜਲਾ ਸੋ ਮਾਸ਼ਾ ਅੱਲਾ ਖੁਬਾਨੀ ਹੈ ਇਹ ਮਲਟੇ ਨੇ ਪੌਦੇ ਇੱਕ ਲਾਉਣੇ ਆ ਨਾਲ ਤੁਸੀਂ ਦੱਸਣੇ ਆ ਆਪਣੀ ਵੀਡੀਓ ਮੁਕੰਮਲ ਬੂਟੇ ਮਾਸ਼ਾ ਅੱਲਾ ਜੀ ਸਾਡੇ ਖੱਡੇ ਡਿੱਗ ਗਏ ਬੂਟੇ ਤੱਕ ਸੁਣਾ ਇਹ ਸਾਰੇ ਹੁਣ ਓਪਨ ਰੱਖੇ ਤਾਂ ਬਾਹਰ ਹੁਣ ਇਹਨਾਂ ਨੇ ਲਾਉਣੇ ਦਾ ਕੰਮ ਸ਼ੁਰੂ ਕਰ ਰਹੇ ਹਾਂ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ ਸਾਡੇ ਬੂਟੇ ਲਈ ਗਏ ਤਾਂ ਬੂਟੇ ਅਸਾਂ ਲਾਈ ਉੜੇ
ਇਹ ਮਾਸ਼ਾਅੱਲਾ ਜੀ ਇਹਨਾਂ ਨੇ ਰਿਹਾਇਸ਼ ਹੈ ਚੌਧਰੀ ਅਸਲਾਮ ਹੋਰਾਂ ਦੀ। ਇੱਥੇ ਵੀ ਉੱਪਰ ਦੋ ਬੂਟੇ ਲਾਏ। ਹੁਣ ਇੱਥੇ ਤੁਸੀਂ ਜੀਓ ਕਰਾਉਣੇ ਆ ਛਤਰੋ ਦਾ। ਦੂਜੀ ਸਾਈਡ ਵਿੱਚ ਜਿਹੜੇ ਜਿਹਦੇ ਪੌਦੇ ਲਾਏ ਉਹ ਦੱਸਣੇ ਆਪਾਂ ਹੋਈ ਹੋ।